ਤਾਂ ਵੱਡੀ ਖਬਰ ਨਵਜੋਤ ਸਿੰਘ ਸਿੱਧੂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਦੱਸਦੇ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਵਿੱਚ ਨਵਜੋਤ ਸਿੰਘ ਸਿੱਧੂ ਜੇਲ੍ਹ ਕੱਟ ਰਹੇ ਨੇ ਅਤੇ ਦੱਸਦੇ ਕਿ 19 ਮਈ 2022 ਨੂੰ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਰੋਡਰੇਜ਼ ਮਾਮਲੇ ਦੇ ਵਿੱਚ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਤਾਂ ਹੁਣ ਖਬਰਾਂ ਆ ਰਹੀਆਂ ਨੇ ਕਿ ਉਹਨਾਂ ਦੀ ਰਿਹਾਈ ਹੋ ਸਕਦੀ ਹੈ, ਉਹਨਾਂ ਨੂੰ 1 ਸਾਲ ਪੂਰਾ ਹੋਣ ਵਾਲਾ, ਕਿਉਂਕਿ 19 ਮਈ 2022 ਤੋਂ ਲੈ ਕੇ 18 ਮਈ 2030 ਤੱਕ ਉਹਨਾਂ ਦੀ ਜੋ 1 ਸਾਲ ਦੀ ਕੈਦ ਦੀ ਸਜ਼ਾ ਸੀ। ਜਿਸ ਤਰ੍ਹਾਂ ਜੇਲ੍ਹ ਦੇ ਨਿਯਮਾਂ ਦੇ ਅਨੁਸਾਰ ਹਰ ਕੈਦੀ ਨੂੰ 1 ਮਹੀਨੇ ਅਤੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ, ਤਾਂ ਇਸ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੂੰ 48 ਦਿਨ ਪਹਿਲਾਂ ਹੀ ਰਿਹਾ ਕੀਤਾ ਜਾ ਸਕਦਾ ਹੈ, ਕਿਉਂਕਿ ਉਹਨਾਂ ਨੇ ਕੋਈ ਵੀ ਛੁੱਟੀ ਨਹੀਂ ਲਈ ਅਤੇ 48 ਦਿਨ ਪਹਿਲਾਂ, ਜਿਸ ਤਰ੍ਹਾਂ ਕਿ 18 ਮਈ ਤੱਕ ਉਹਨਾਂ ਦੀ ਕੈਦ ਦੀ ਸਜ਼ਾ ਸੀ, ਤਾਂ 48 ਦਿਨ ਪਹਿਲਾਂ ਮਾਰਚ ਦੇ ਅਖੀਰ ਤੱਕ ਅਤੇ ਅਪ੍ਰੈਲ ਦੀ 1 ਅਪ੍ਰੈਲ ਤੱਕ ਉਹਨਾਂ ਨੂੰ ਰਿਹਾਈ ਮਿਲ ਸਕਦੀ ਹੈ, ਰਿਹਾ ਕੀਤਾ ਜਾ ਸਕਦਾ ਹੈ। ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਰੋਡਰੇਜ਼ ਮਾਮਲੇ ਦੇ ਵਿੱਚ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ, ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੀਆਂ ਇੱਥੇ ਖਬਰਾਂ ਵੱਧ ਰਹੀਆਂ ਦਿਖਾਈ ਦੇ ਰਹੀਆਂ ਨੇ, ਉਹਨਾਂ ਦੀ ਰਿਹਾਈ ਦੀਆਂ ਖਬਰਾਂ ਦਿਖਾਈ ਦੇ ਰਹੀਆਂ ਨੇ, ਆਸਾਰ ਦਿਖ ਰਹੇ ਨੇ, ਕਿਉਂਕਿ 1 ਸਾਲ ਉਹਨਾਂ ਨੂੰ ਪੂਰਾ ਹੋਣ ਵਾਲਾ, 1 ਸਾਲ ਦੀ ਸਜ਼ਾ ਉਹਨਾਂ ਨੂੰ ਸੁਣਾਈ ਗਈ ਸੀ ਸੁਪਰੀਮ ਕੋਰਟ ਦੇ ਵੱਲੋਂ ਰੋਡਰੇਜ਼ ਮਾਮਲੇ ਦੇ ਵਿੱਚ 1 ਸਾਲ ਦੀ ਸਜ਼ਾ ਸੁਣਾਈ ਗਈ ਸੀ। ਤਾਂ 1 ਸਾਲ 19 ਮਈ 2022 ਨੂੰ ਉਹਨਾਂ ਨੂੰ ਸਜ਼ਾ ਸੁਣਾਈ ਜਾਂਦੀ ਆ ਅਤੇ 18 ਮਈ 2030 ਤੱਕ ਇਹ ਸਜ਼ਾ ਹੋਣੀ ਸੀ, ਅਤੇ ਜਿਸ ਤਰ੍ਹਾਂ ਇੱਕ ਕੈਦੀ ਨੂੰ 1 ਮਹੀਨੇ ਅਤੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈਗੀ, ਹਰ ਕੈਦੀ ਨੂੰ ਇੰਨੀ ਛੁੱਟੀ ਮਿਲਦੀ ਹੈ, ਤਾਂ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਵਿੱਚੋਂ ਕੋਈ ਵੀ ਛੁੱਟੀ ਨਹੀਂ ਲਈ ਅਤੇ ਉਹਨਾਂ ਨੂੰ ਹੁਣ 48 ਦਿਨ ਪਹਿਲਾਂ ਹੀ ਰਿਹਾ ਕੀਤਾ ਜਾ ਸਕਦਾ। ਦੱਸਿਆ ਜਾ ਰਿਹਾ ਕਿ 18 ਮਈ ਤੱਕ ਉਹਨਾਂ ਦੀ ਕੈਦ ਦੀ ਸਜ਼ਾ ਮੁੱਕਣੀ ਸੀ, ਪਰ ਜਿਸ ਤਰ੍ਹਾਂ ਉਹਨਾਂ ਨੇ ਕੋਈ ਛੁੱਟੀ ਨਹੀਂ ਲਈ, ਤਾਂ ਉਹਨਾਂ ਨੂੰ ਮਾਰਚ ਦੇ ਅਖੀਰ ਤੱਕ ਅਤੇ ਅਪ੍ਰੈਲ ਦੇ ਸਟਾਰਟਿੰਗ ਅਪ੍ਰੈਲ, ਯਾਨੀ ਕਿ 1 ਅਪ੍ਰੈਲ ਤੱਕ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ। ਹਾਲਾਂਕਿ 26 ਜਨਵਰੀ ਨੂੰ ਵੀ ਉਹਨਾਂ ਦੀਆਂ ਰਿਹਾਈ ਦੀਆਂ ਖਬਰਾਂ ਚੱਲ ਰਹੀਆਂ ਸਨ ਕਿ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਗਾ। 26 ਜਨਵਰੀ ਨੂੰ ਜਿਸ ਤਰ੍ਹਾਂ ਕੈਦੀ ਰਿਹਾ ਕੀਤੇ ਜਾਂਦੇ ਨੇ, ਤਾਂ ਉਹਨਾਂ ਨੂੰ ਵੀ ਰਿਹਾ ਕੀਤਾ ਜਾ ਸਕਦਾ, ਪਰ ਇਸ ਦੇ ਵਿੱਚ ਸੂਬਾ ਸਰਕਾਰ ਨੇ ਕੋਈ ਵੀ ਮਨਜ਼ੂਰੀ ਪ੍ਰਗਟ ਨਹੀਂ ਕੀਤੀ ਅਤੇ ਹੁਣ ਉਹਨਾਂ ਦੀ ਕੈਦ ਵੀ ਮੁਕੰਮਲ ਹੋਣ ਵਾਲੀ ਹੈ, ਕੈਦ ਦੀ ਸਜ਼ਾ ਮੁਕੰਮਲ ਹੋਣ ਵਾਲੀ ਹੈ ਰੋਡਰੇਜ਼ ਮਾਮਲੇ ਦੇ ਵਿੱਚ। ਰੋਡਰੇਜ਼ ਮਾਮਲਾ ਸੀ ਜਿਸ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ 1 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੂੰ 1 ਸਾਲ ਦੀ ਸਜ਼ਾ ਸੁਣਾਈ ਗਈ ਸੀ, ਤਾਂ 19 ਮਈ 2022 ਨੂੰ ਇਹ ਸਜ਼ਾ ਸੁਣਾਈ ਜਾਂਦੀ ਹੈ ਅਤੇ 18 ਮਈ 2023 ਤੱਕ ਇਹ ਸਜ਼ਾ ਹੋਣੀ ਸੀ ਅਤੇ ਉਹਨਾਂ ਨੂੰ ਕੋਈ ਵੀ ਛੁੱਟੀ ਉਹਨਾਂ ਨੂੰ ਨਹੀਂ ਰਹੀ। ਜਿਸ ਤਰ੍ਹਾਂ ਇੱਕ ਕੈਦੀ ਨੂੰ ਛੁੱਟੀ ਮਿਲਦੀ ਗੀ 1 ਮਹੀਨੇ ਅਤੇ 4 ਦਿਨ ਦੀ ਛੁੱਟੀ ਦਿੱਤੀ ਜਾਂਦੀ ਹੈ, ਤਾਂ ਉਹਨਾਂ ਨੂੰ ਕੋਈ ਵੀ ਛੁੱਟੀ ਨਹੀਂ ਲਈ ਅਤੇ ਜਿਸ ਦੇ ਅਕੋਰਡਿੰਗ 18 ਮਈ ਤੋਂ ਪਹਿਲਾਂ ਹੀ ਉਹਨਾਂ ਨੂੰ ਮਾਰਚ ਦੇ ਅਖੀਰ ਤੱਕ ਅਤੇ 1 ਅਪ੍ਰੈਲ ਤੱਕ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ। ਸੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੇ ਹੁਣ ਉਹਨਾਂ ਦੀ ਰਿਹਾਈ ਦੇ ਆਸਾਰ ਦਿਖਾਈ ਦੇ ਰਹੇ ਨੇ। 26 ਜਨਵਰੀ ਨੂੰ ਵੀ ਕਾਫੀ ਖਬਰਾਂ ਆ ਰਹੀਆਂ ਸਨ ਕਿ ਉਹਨਾਂ ਰਿਹਾ ਕੀਤਾ ਜਾ ਸਕਦਾ, ਸੂਬਾ ਸਰਕਾਰ ਉਹਨੂੰ ਰਿਹਾ ਕਰ ਸਕਦੀ ਹੈਗੀ 26 ਜਨਵਰੀ ਨੂੰ। ਜਿਸ ਤਰ੍ਹਾਂ ਕੈਦੀ ਰਿਹਾ ਕੀਤੇ ਜਾਂਦੇ ਨੇ, ਜਿਹਨਾਂ ਦਾ ਢੰਗ ਤਰੀਕਾ ਵਧੀਆ ਹੋਵੇ, ਲਹਿਜ਼ਾ ਵਧੀਆ ਹੋਵੇ ਜੇਲ੍ਹ ਦੇ ਵਿੱਚ, ਉਹਨਾਂ ਨੂੰ ਰਿਹਾ ਕੀਤਾ ਜਾਂਦਾ ਪਰ ਇੱਥੇ 26 ਜਨਵਰੀ ਨੂੰ ਜੋ ਸੂਬਾ ਸਰਕਾਰ ਨੇ ਕੋਈ ਮਨਜ਼ੂਰੀ ਪ੍ਰਗਟ ਨਹੀਂ ਕੀਤੀ, ਤਾਂ ਹੁਣ ਨਵਜੋਤ ਸਿੰਘ ਸਿੱਧੂ ਨੇ ਜੋ ਹੁਣ 1 ਸਾਲ ਦੀ ਉਹਨਾਂ ਦੀ ਸਜ਼ਾ ਪੂਰੀ ਹੋਣ ਵਾਲੀ ਹੈ ਅਤੇ ਹੁਣ ਅਪ੍ਰੈਲ ਦੇ ਸਟਾਰਟਿੰਗ ਅਪ੍ਰੈਲ ਤੱਕ ਜਾਂ ਫਿਰ ਮਾਰਚ ਦੇ ਅਖੀਰ ਤੱਕ ਉਹਨਾਂ ਨੂੰ ਰਿਹਾ ਕੀਤਾ ਜਾ ਸਕਦਾ ਹੈ।